ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਜੋ ਮੇਰੀ ਵੀਡੀਓ ਵਾਇਰਲ ਹੋਈ ਹੈ ਫੋਨ ਦੇ ਉੱਤੇ ਉਹਨੇ ਬਾਬੇ ਸ਼ਾਹ ਗਾਇਆ ਸੀ ਮੈਂ ਸਿੰਘੇ ਭਾਈ ਦਾ ਗਾਣਾ ਜਿੰਨੀ ਸਾਹਾਂ ਦੀ ਲਿਮਿਟ ਮੇਰੀ ਰਹਿੰਦੀ ਹੈ ਫੋਟੋ ਜਿੰਨੀ ਸਾਹਾਂ ਦੀ ਲਿਮਿਟ ਮੇਰੀ ਰਹਿੰਦੀ ਹੈ ਹਰ ਸਾਹ ਨਾਲ ਚੇਤਾ ਤੇਰਾ ਆਊਗਾ ਲੋਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਸਾਨੂੰ ਵੀ ਨਹੀਂ ਪਤਾ, ਸਾਨੂੰ ਇੱਕ ਦੋ ਦਿਨਾਂ ਬਾਅਦ ਪਤਾ ਲੱਗਾ ਕਿ ਇੰਨੀ ਫੇਮਸ ਹੋ ਗਈ ਹੈ ਅਤੇ ਮੈਂ ਉਹਦੇ ਵੀਰ ਜੀ ਦਾ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ ਕਿਉਂਕਿ ਸਾਡੀ ਤਾਂ ਇੰਨੀ ਮਤਲਬ ਕਿ ਹੈਸੀਅਤ ਨਹੀਂ ਸੀਗੀ ਜਿਸ ਤਰ੍ਹਾਂ ਸਾਨੂੰ ਪਤਾ ਵੀ ਨਹੀਂ ਸੀਗਾ ਕਿ ਨੈੱਟ 'ਤੇ ਇੱਦਾਂ ਪਾਵਾਂਗੇ ਅਤੇ ਵਾਇਰਲ ਹੋਊਗੀ ਜਾਂ ਕਿਸ ਤਰ੍ਹਾਂ। ਗਾਂਧੀ ਦਾ ਬਹੁਤ ਵਧੀਆ, ਆਵਾਜ਼ ਵੀ ਬਹੁਤ ਵਧੀਆ। ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਆ ਬੋਲੋ ਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਬੋਲੋ ਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਬੋਲੋ ਵੀ ਵਿੱਚ ਬੈਠੀ ਕੇ ਸੁਪਨੇ ਸਜਾਣੇ ਮੈਂ ਹਟਵਾਈ ਰਹਿੰਦੀਆਂ ਫਰੇਮ ਦੀ ਬਣਾ ਚੂੜੇ ਵਾਲੀ ਬਾਂਹ ਰੱਖੀ ਮੋਢੇ ਤੇ ਮੇਰੇ ਹੱਥ ਚੂੜੇ ਵਾਲੀ ਬਾਂਹ ਰੱਖੀ ਮੋਢੇ ਤੇ ਮੇਰੇ ਹੱਥ ਮੈਂ ਵੀ ਤੇਰੇ ਲੱਗੀ ਤੇ ਟਿਕਾਊਗਾ ਬੋਲੋ ਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।